ਇਹ ਹਕੀਕਤ ਹੈ ਕਿ ਤਲਾਸ਼ ਵਸਿਆਰ ਦੇ ਬਾਵਜੂਦ ਸੈਯਦਨਾ ਅਬੂ ਬਕਰ ਸਦੀਕ ਰਜ਼ੀ ਅੱਲਾਹ ਅਨਹੁ ਜੈਸਾ ਬਾਵਫਾ ਦੋਸਤ ਅਤੇ ਮੁਅੱਜ਼ਜ਼ ਤਰੀਨ ਰਫੀਕ ਨਹੀਂ ਕੋਈ ਨਹੀਂ ਮਿਲੇਗਾ। ਉਹਨਾਂ ਦਾ ਨਾਂ ਅਬਦੁੱਲਾ ਇਬਨ ਅਬੀ ਕਹਾਫਾ ਉਸਮਾਨ ਇਬਨ ਆਮਰ ਇਬਨ ਉਮਰ ਅਲ ਕੁਰਸ਼ੀ ਤਮੀਮੀ ਸੀ। ਆਪ ਬੜੇ ਵੱਡੇ ਤਾਜਰ ਅਤੇ ਇਨਸਾਬ ਅਲ ਅਰਬ ਦੇ ਮਾਮਲੇ ਸਭ ਤੋਂ ਵੱਡੇ ਆਲਮ ਸੀ। ਕੌਮ ਦੇ ਲੋਕ ਆਪ ਨਾਲ ਬੜੀ ਮੁਹੱਬਤ ਕਰਦੇ ਸੀ। ਆਪ ਅੱਛੇ ਅਖਲਾਕ ਦੇ ਹਾਮਲ ਅਤੇ ਬਿਹਤਰੀਨ ਖਾਨ ਦੇ ਫਰਦ ਵੀ ਸੀਗੇ। ਸਈਦ ਆਇਸ਼ਨਾ ਫਰਮਾਉਂਦੀਆਂ ਨੇ ਦੌਰੇ ਜਾਹਲੀਏ 'ਚ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੇ ਆਪਣੇ ਉੱਪਰ ਸ਼ਰਾਬ ਨੂੰ ਹਰਾਮ ਕਰ ਲਿਆ ਸੀਗਾ। ਮਰਦਾਂ 'ਚੋਂ ਸਭ ਤੋਂ ਪਹਿਲੇ ਇਸਲਾਮ ਲਾਉਣ ਵਾਲੇ ਸ਼ਖਸ ਜਿਹੜੇ ਨੇ ਫਿਰ ਇਸਲਾਮ ਦੇ ਦਾਈ ਬਣੇ ਔਰ ਆਪ ਦੇ ਹੱਥ 'ਤੇ ਵੱਡੇ ਸਾਹਬਾ ਜਿਹੜੇ ਨੇ ਉਹ ਮੁਸਲਮਾਨ ਹੋਏ, ਜਿਨ੍ਹਾਂ 'ਚ ਉਸਮਾਨ ਇਬਨ ਅਫਾਨ, ਜ਼ੁਬੈਰ ਇਬਨ ਅਵਾਮ, ਸਾਦ ਇਬਨ ਅਬੀ ਵਕਾਸ, ਤਲਹਾ ਇਬਨ ਉਬੈਦੁੱਲਾ ਅਤੇ ਅਬੂ ਉਬੈਦਾ ਇਬਨ ਜਰਾਹ ਰਜ਼ੀ ਅੱਲਾਹ ਤਾਲਾ ਅਜਮਾਇਨ ਵਗੈਰਾ ਸ਼ਾਮਲ ਨੇ। ਮਿਰਾਜ ਦੇ ਮੌਕੇ 'ਤੇ ਕਫਾਰ 'ਚੋਂ ਕਿਸੇ ਨੇ ਇਹ ਕੋਸ਼ਿਸ਼ ਕੀਤੀ ਤੇ ਕਿ ਆਪ ਨੂੰ ਸ਼ੱਕ 'ਚ ਮੁਬਤਲਾ ਕੀਤਾ ਜਾਏ। ਉਹਨਾਂ ਨੇ ਨਬੀ ਕਰੀਮ ਦੇ ਇਸਰਾਅ ਦੀ ਖਬਰ ਸੁਣਾ ਕੇ ਸ਼ੱਕ 'ਚ ਮੁਬਤਲਾ ਕਰਨਾ ਚਾਹਿਆ ਅਤੇ ਸੁਣ ਕੇ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਉਹਨਾਂ ਨੇ ਜਵਾਬ ਦਿੱਤਾ, ਮੈਂ ਤਾਂ ਨਬੀ ਸਲਸਲਮ ਦੀ ਇਸ ਤੋਂ ਵੀ ਵੱਡੇ ਮਾਮਲੇ 'ਚ ਤਸਦੀਕ ਕਰਨਾ ਕਿ ਆਪ ਸਲਸਲਮ ਸੁਬਹ ਸ਼ਾਮ ਆਸਮਾਨ ਦੀ ਖਬਰਾਂ ਦਿੰਦੇ ਨੇ। ਸੈਯਦਨਾ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਅਨਹੁ ਤਮਾਮ ਸਾਹਬਾਂ 'ਚੋਂ ਸਭ ਤੋਂ ਅਫਜ਼ਲ ਨੇ। ਚੁਨਾਚੇ ਸੈਯਦਨਾ ਅਬਦੁੱਲਾ ਇਬਨ ਉਮਰ ਫਰਮਾਉਂਦੇ ਨੇ ਕਿ ਅਸੀਂ ਨਬੀ ਸਲਸਲਮ ਦੇ ਜ਼ਮਾਨੇ 'ਚ ਲੋਕਾਂ 'ਚ ਸਭ ਤੋਂ ਅਫਜ਼ਲ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ, ਫਿਰ ਉਸ ਉਮਰ ਅਬਨ ਖਤਾਬ ਰਜ਼ੀ ਅੱਲਾਹ ਤਾਲਾ ਨੂੰ ਅਤੇ ਫਿਰ ਉਸਮਾਨ ਰਜ਼ੀ ਅੱਲਾਹ ਤਾਲਾ ਅਨਹੁ ਨੂੰ ਮੰਨਦੇ ਸੀਗੇ। ਇੱਕ ਰਵਾਇਤ 'ਚ ਅਲਫਾਜ਼ ਇਵੇਂ ਨੇ ਕਿ ਨਬੀ ਅਲੈਹਿਸ ਸਲਾਮ ਦੇ ਜ਼ਮਾਨੇ 'ਚ ਅਸੀਂ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ ਦੇ ਬਰਾਬਰ ਕਿਸੇ ਨੂੰ ਨਹੀਂ ਸਮਝਦੇ ਸੀਗੇ, ਫਿਰ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ ਅਤੇ ਫਿਰ ਉਸਮਾਨ ਫਿਰ ਫਿਰ ਉਮਰ ਰਜ਼ੀ ਅੱਲਾਹ ਤਾਲਾ ਨੂੰ ਅਤੇ ਫਿਰ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ। ਸੈਯਦਨਾ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਇਹ ਇਜ਼ਾਜ਼ ਵੀ ਹਾਸਲ ਹੈ ਕਿ ਹਿਜਰਤ ਦੇ ਮੌਕੇ 'ਤੇ ਰਸੂਲ ਕਰੀਮ ਸਲਸਲਮ ਦੇ ਨਾਲ ਰਹਿ, ਇਸ ਮੌਕੇ 'ਤੇ ਜਾਨ ਔਰ ਮਾਲ ਦੇ ਨਾਲ ਨਬੀ ਅਲੈਹਿ ਸਲਾਮ ਦੀ ਮਦਦ ਕੀਤੀ, ਹੱਤਾ ਕਿ ਅੱਲਾਹ ਰੱਬੁਲ ਆਲਮੀਨ ਨੇ ਕੁਰਾਨ ਕਰੀਮ 'ਚ ਆਪ ਦੀ ਮਦਾ ਫਰਮਾਈ ਕਿ ਅਗਰ ਤੁਸੀਂ ਨਬੀ ਦੀ ਮਦਦ ਨਹੀਂ ਕਰੋਗੇ ਤਾਂ ਅੱਲਾਹ ਉਹਨਾਂ ਦੀ ਮਦਦ ਕਰ ਚੁੱਕੇ ਨੇ। ਜਦੋਂ ਕਾਫਰਾਂ ਨੇ ਉਹਨਾਂ ਦੇ ਨੂੰ ਵਤਨ ਨਿਕਾਲਾ ਕੀਤਾ ਅਤੇ ਜਦੋਂ ਇਹ ਦੋ ਸੀ ਇੱਕ ਦੂਸਰੇ ਦੇ ਨਾਲ ਸੀ ਅਤੇ ਦੋਨਾਂ 'ਚੋਂ ਜੋ ਜਦੋਂ ਦੋਨਾਂ ਗਾਰ 'ਚ ਸੀਗੇ, ਦੋਨੋਂ ਗਾਰ ਸੀ ਅਤੇ ਇੱਕ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕੰਮ ਨਾ ਕਰ, ਬੇਸ਼ੱਕ ਅੱਲਾਹ ਸਾਡੇ ਨਾਲ ਹੈ, ਆਪਣੇ ਸਾਰੇ ਮਾਲ ਨੂੰ ਅੱਲਾਹ ਤਾਲਾ ਦੀ ਰਾਜ ਖਰਚ ਕਰਤਾ। ਨਬੀ ਕਰੀਮ ਸਲਸਲ ਨੇ ਫਰਮਾਇਆ ਅਬੂ ਬਕਰ ਘਰ 'ਚ ਕੀ ਛੱਡ ਕੇ ਆਏ ਹੋ, ਤਾਂ ਜਵਾਬ ਦਿੱਤਾ ਕਿ ਮੈਂ ਅੱਲਾਹ ਔਰ ਅੱਲਾਹ ਦੇ ਰਸੂਲ ਨੂੰ ਛੱਡ ਕੇ ਆਇਆ। ਨਬੀ ਕਰੀਮ ਸਲਸਲ ਦੀ ਵਫਾਤ ਤੋਂ ਬਾਅਦ ਖਲੀਫਾ ਬਣੇ ਅਤੇ ਮੁਰਤਦੀਨ ਦਾ ਕਲਾ ਕਮਾ ਕੀਤਾ ਅਤੇ ਆਪ ਦੇ ਜ਼ਰੀਏ ਅੱਲਾਹ ਤਾਲਾ ਨੇ ਮੋਮਿਨੀ ਨੂੰ ਸਾਬਤ ਕਦਮੀ ਅਤਾ ਫਰਮਾਈ, ਜ਼ਕਾਤ ਦੇ ਮੁਨਕਰੀਨ ਦੇ ਨਾਲ ਕਿਤਾਲ ਕੀਤਾ ਅਤੇ ਫਰਮਾਇਆ ਅਗਰ ਅੱਲਾਹ ਦੇ ਰਸੂਲ ਸਲਸਲ ਦੇ ਦੌਰ 'ਚ ਇੱਕ ਰੱਸੀ ਵੀ ਜ਼ਕਾਤ ਦਿੰਦੇ ਸੀ ਅਤੇ ਉਹਨੂੰ ਰੋਕ ਲਿਆ ਅਤੇ ਮੈਂ ਇਹਨਾਂ ਨਾਲ ਲੜਾਈ ਕਰਾਂਗਾ। ਵਫਾਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਦੀ ਵਫਾਤ ਮੰਗਲ ਦੇ ਦਿਨ 13 ਜਮਾਦੁਲ ਆਖਰਾ ਦੀ 13 ਹਿਜਰੀ ਨੂੰ ਹੋਈ। ਇਸ ਵਕਤ ਆਪ ਦੀ ਉਮਰ 63 ਸਾਲ ਸੀ। ਨਬੀ ਕਰੀਮ ਸਲਸਲਮ ਦੇ ਬਿਲਕੁਲ ਪੜੋਸ 'ਚ ਆਪ ਸਲਸਲਮ ਦੇ ਹਿਜਰੇ 'ਚ ਆਪ ਰਜ਼ੀ ਅੱਲਾਹ ਤਾਲਾ ਨੂੰ ਦੀ ਤਦਫੀਨ ਹੋਈ।